ਸਤਿ ਸ੍ਰੀ ਅਕਾਲ ਦੋਸਤੋ ਅੱਜ ਸਭ ਤੋਂ ਸੌਖੇ ਤਰੀਕੇ ਦੇ ਨਾਲ ਪਰਨਾ ਬੰਨਣਾ ਦੱਸਣਾ ਜਾ ਰਹੇ ਹਾਂ ਤੇ ਪਟਕੇ ਦੇ ਵਾਂਗੂ ਪਹਿਲਾਂ ਆਪਾਂ ਜਿਵੇਂ ਗੋਲ ਪਰਨਾ ਬੰਨਿਆ ਸੀ ਉਸੇ ਤਰੀਕੇ ਦੇ ਨਾਲ ਆਪਾਂ ਇਹ ਪਰਨੇ ਦੇ ਵਿੱਚ ਆਪਾਂ ਪਟਕਾ ਜਿਵੇਂ ਬੰਨਦੇ ਹੁੰਨੇ ਆ ਉਵੇਂ ਜੁੜਾ ਕਰਨਾ ਜੁੜਾ ਕਰਕੇ ਹਲਕਾ ਜਿਹਾ ਢਿੱਲਾ ਕਰਕੇ ਆਪਾਂ ਸਾਈਡ ਤੇ ਜੁੜਾ ਕਰ ਲਾਂਗੇ ਉਹਦੇ ਨਾਲ ਕੀ ਆ ਆਪਣਾ ਜਿਹੜਾ ਪਰਨਾ ਪਾਗੰਗੀ ਬੰਨਿਆ ਜਾਊਗਾ ਤੇ ਗਲਾਈ ਸੋਹਣੀ ਆਜੂਗੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਬੈਕ ਸਾਈਡ ਤੇ ਸਿੰਗਲੀ ਕੰਢ ਦੇਣੀ ਹੈ ਡਬਲ ਨਾ ਦੇ ਉਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਹੋ ਸਕਦਾ ਤੁਹਾਡੇ ਇੱਕ ਸ਼ੇਅਰ ਦੇ ਜਰੀਏ ਪਤਾ ਨਹੀਂ ਕਿੰਨੇ ਕ ਵੀਰ ਭਰਾ ਸਜਣ ਮਿੱਤਰ ਹੋਰ ਵੀ ਆ ਜਿਹੜੇ ਕਿ ਗੋਲ ਪਰਨਾ ਜਾਂ ਦਸਤਾਰ ਆ ਉਹ ਸਿੱਖਣੀ ਸਟਾਰਟ ਕਰ ਦੇਣਗੇ ਜਾਂ ਸਿੱਖ ਜਾਣਗੇ ਸੋ ਸਭ ਤੋਂ ਪਹਿਲਾਂ ਕੀ ਕਰਨਾ ਪਟਕੇ ਦੇ ਵਾਂਗੂ ਕਰਕੇ ਇਸ ਤੋਂ ਬਾਅਦ ਪੱਲੇ ਇਕੱਠੇ ਕਰ ਲੈਣੇ ਦੋਮੀ ਦੋਮੇ ਪੱਲੇ ਖੁੱਲੀਆਂ ਕੰਨੀਆਂ ਉੱਪਰ ਵਾਲੀ ਸਾਈਡ ਇਕੱਠੀਆਂ ਕਰਕੇ ਜਾਂ ਉਦਾਂ ਹੀ ਇਕੱਠੀਆਂ ਕਰਕੇ ਹਲਕੇ ਹਲਕੇ ਵੱਟ ਪੈ ਜਾਣਗੇ ਵੱਟ ਪਾ ਕੇ ਪਹਿਲਾ ਲੜ ਲਾਵਾਂਗੇ ਪਹਿਲਾ ਲੜ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਲਾਉਣਾ ਪਹਿਲੇ ਲੜ ਦੇ ਵਿੱਚ ਵੱਟ ਪੈ ਗਏ ਇਹ ਤੋਂ ਬਾਅਦ ਦੇ ਵਿੱਚ ਹਲਕਾ ਹਲਕਾ ਆਪਾਂ ਜੂੜਾ ਜਿਹੜਾ ਕੇਸ ਇਧਰ ਲਈ ਸਾਈਡ ਤੇ ਢਲੇ ਕੀਤੇ ਸੀ ਉਹਨੇ ਆਪਣੀ ਜਿਹੜੀ ਗਲਾਈ ਆ ਇਧਰ ਲਈ ਸਾਈਡ ਪਰਨੇ ਦੇ ਵਿੱਚ ਬਣਾ ਦੇਣੀ ਆ ਦੂਜੀ ਸਾਈਡ ਉੱਪਰ ਤੋਂ ਲੜ ਦੇ ਆਂਦਾ ਉੱਪਰੋਂ ਫਿਰ ਆਪਾਂ ਇਕੱਠਾ ਕਰਕੇ ਹਲਕਾ ਜਾਂ ਦੂਜਾ ਲੜ ਲਾ ਦਾਂਗੇ ਸੋ ਇਹ ਪਰਨੇ ਦੇ ਵਿੱਚ ਇੱਕ ਤਾਂ ਤੁਹਾਨੂੰ ਪੰਗਾ ਨਹੀਂ ਰਹੂਗਾ ਬਿਲਕੁਲ ਵੀ ਸਿਰ ਟਕਣ ਦਾ ਤੇ ਦੂਜਾ ਸ਼ੇਪ ਵਾਲਾ ਪੰਗਾ ਨਹੀਂ ਕੋਈ ਰਹੂਗਾ ਸ਼ੇਪ ਬੜੀ ਵਧੀਆ ਬਣੂਗੀ ਤੁਸੀਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਿਓ ਬਣੇ ਰਹੋ ਉਹਨਾਂ ਟਾਈਮ ਵੀਡੀਓ ਦੇ ਵਿੱਚ ਕਿਉਂਕਿ ਮੇਨ ਬਾਲੇ ਭਰਾਮਾ ਨੂੰ ਪ੍ਰੋਬਲਮ ਕੀ ਹੁੰਦੀ ਹੈ ਪਰਨੇ ਦੀ ਸ਼ੇਪ ਨਹੀਂ ਬਣਦੀ ਉਹਦੇ ਕਰਕੇ ਪਰਨਾ ਬੰਦ ਹੀ ਨਹੀਂ ਉਹ ਸੋ ਤੁਸੀਂ ਦੇਖ ਸਕਦੇ ਹੋ ਹਲਕਾ ਹਲਕਾ ਪਿੰਚ ਕਰਕੇ ਆਪਾਂ ਕਿਉਂਕਿ ਇਹਦੇ ਵਿੱਚ ਬਾਟਾ ਉਹ ਬਹੁਤ ਵਧੀਆ ਤਰੀਕੇ ਨਾਲ ਪੈ ਜਾਂਦੇ ਆ ਜਿਹੜਾ ਸਿੰਗਲ ਪਰਣਾ ਹੁੰਦਾ। ਇਸ ਤੋਂ ਬਾਅਦ ਦੇ ਵਿੱਚ ਆਪਾਂ ਤੁਸੀਂ ਦੇਖ ਸਕਦੇ ਹੋ ਇੱਕ ਸਾਈਡ ਤੋਂ ਲੜ ਹਲਕੇ-ਹਲਕੇ ਥੱਲੇ ਨੂੰ ਲਈ ਜਾਵਾਂਗੇ ਔਰ ਦੂਜੀ ਸਾਈਡ ਤੋਂ ਉੱਪਰ ਵੱਲ ਜਾਂਦੇ ਰਹਾਂਗੇ। ਸੋ ਜੇਕਰ ਪੱਗ ਬੰਨ੍ਹਦੇ ਟਾਈਮ ਜਾਂ ਪਰਣਾ ਬੰਨ੍ਹਦੇ ਟਾਈਮ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ। ਆਉਣ ਵਾਲੇ ਟਾਈਮ ਦੇ ਵਿੱਚ ਉਸੇ ਟੌਪਿਕ ਤੇ ਅਸੀਂ ਜਿਹੜੀ ਵੀਡੀਓ ਲੈ ਕੇ ਆਵਾਂਗੇ ਬੜੇ ਭਰਾ ਕਹਿੰਦੇ ਸੀਗੇ ਕਿ ਸਿਰ ਪਹਿਲਾਂ ਹੀ ਢੱਕਿਆ ਜਾਵੇ ਕੋਈ ਇਹੋ ਜਿਹਾ ਸੌਖਾ ਤਰੀਕਾ ਦੱਸੋ। ਤੇ ਪਰਨਾ ਢੱਲਾ ਬਣਾ ਹੋਵੇ ਜਿਹੜਾ ਇਹ ਤਰੀਕਾ ਇਹ ਤੁਸੀਂ ਜੇ ਥੋੜਾ ਪਰਨਾ ਮਾੜਾ ਮੋਟਾ ਢੱਲਾ ਹੁੰਦਾ ਤਾਂ ਜਿਹੜੀ ਸਭ ਤੋਂ ਪਹਿਲਾਂ ਪਟਕੇ ਵਾਂਗੂ ਆਪਾਂ ਗੰਢ ਦਿੱਤੀ ਸੀ ਬੈਕ ਸਾਈਡ ਤੇ ਉਹ ਸਿੰਗਲ ਦੀ ਜਗ੍ਹਾ ਡਬਲ ਕਰ ਲਿਓ ਪਰਨਾ ਢੱਲਾ ਨਹੀਂ ਬਣਿਆ ਜਾਊਗਾ ਇੱਕ ਸਾਈਡ ਤੋਂ ਉੱਪਰ ਨੂੰ ਲੜ ਜਾਂਦੇ ਆ ਤੇ ਇੱਕ ਸਾਈਡ ਤੋਂ ਆਪਣੇ ਇਧਰ ਵਾਲੀ ਸਾਈਡ ਤੋਂ ਥੱਲੇ ਨੂੰ ਆ ਰਹੇ ਹਲਕੇ ਹਲਕੇ ਸੋ ਤੁਸੀਂ ਸ਼ੇਪ ਦੇਖ ਸਕਦੇ ਹੋ ਬਹੁਤ ਸੋਹਣੀ ਬਣੀ ਹੈ ਨਾ ਸ਼ੇਪ ਦੇ ਉੱਤੇ ਹੀ ਡਿਪੈਂਡ ਕਰਦੀ ਹੈ ਪੱਗ ਜਾਂ ਪਰਨਾ ਆਪਣਾ ਸੋ ਤੁਸੀਂ ਦੇਖ ਸਕਦੇ ਹੋ ਲਾਸਟ ਦੇ ਵਿੱਚ ਆਪਾਂ ਇੱਥੋਂ ਹੁਣ ਜਿਹੜਾ ਲਾਸਟਾ ਲੜ ਉਹ ਲਾਵਾਂਗੇ। ਇਹਦੇ ਵਿੱਚ ਕੋਈ ਪੂਣੀ ਵਗੈਰਾ ਨਹੀਂ ਆਪਾਂ ਕਰਦੇ ਹੁੰਦੇਗੇ। ਸਿੰਪਲ ਦਾ ਸਿੰਪਲ ਜਿਵੇਂ ਆਪਾਂ ਆਮ ਪ੍ਰਾਣ ਵਿਯੋਗ ਜਿਵੇਂ ਦੁਪੱਟਾ ਬੰਨ੍ਹਦੇ ਸੀਗੇ ਉਸ ਤਰੀਕੇ ਦੇ ਨਾਲ ਹੀ ਲੜ ਨੂੰ ਇਕੱਠਾ ਕਰਕੇ ਆਪਾਂ ਪਰਨਾ ਬੰਨ ਲਾਂਗੇ। ਸੋ ਤੁਸੀਂ ਦੇਖ ਸਕਦੇ ਹੋ ਬਹੁਤ ਘੱਟ ਟਾਈਮ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਆਪਣਾ ਪਰਨਾਗਾ ਉਹ ਗਲਾਈ ਦੇ ਵਿੱਚ ਬੰਨਿਆ ਜਾ ਚੁੱਕਿਆ। ਸੋ ਜਾਂਦੇ ਜਾਂਦੇ ਇੱਕ ਵਾਰ ਫਿਰ ਤੋਂ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਆਂ ਕਿ ਅੱਜ ਦੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ ਨਾਲ ਸਾਂਝਾ ਵੀ ਕਰੋ ਤੇ ਇਹਦੇ ਤੋਂ ਬਿਨਾ ਜੇਕਰ ਤੁਸੀਂ ਨਵੇਂ ਆਏ ਹੋ ਇਹ ਚੈਨਲ ਤੇ ਵੀਡੀਓ ਦੇਖ ਰਹੇ ਆ ਤਾਂ YouTube ਚੈਨਲ ਸਬਸਕ੍ਰਾਈਬ ਕਰ ਲਓ ਜੇ Facebook ਪੇਜ ਤੇ ਦੇਖ ਰਹੇ ਆ ਤਾਂ ਪੇਜ ਨੂੰ ਜਾ ਕੇ ਆਪਣੇ ਨੂੰ ਫੋਲੋ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਉਣਗੀਆਂ ਜਿਨ੍ਹਾਂ ਤੋਂ ਤੁਸੀਂ ਸੋਹਣੀ ਦਸਤਾਰ ਆ ਜਿਹੜੀ ਉਹ ਸਿੱਖ ਸਕਦੇ ਹੋ ਸੋ ਅੱਜ ਦਵੋ ਆ ਗਿਆ ਮਿਲਦੇ ਹਾਂ ਜਲਦ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਜਿਉਂਦੇ ਬਸਤੇ ਰਹੋ